ਹੈਲੋ ਸਾਥੀਓ, ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਸਵਾਗਤ ਹੈ। ਸੋ ਬੇਸਿਕਲੀ ਇਹ ਵੀਡੀਓ ਜੋ ਹੈ ਰਹਿਣ ਵਾਲੀ ਹੈ ਖਾਸ ਉਹਨਾਂ ਲਈ ਜੋ ETT 2364 ਭਰਤੀ ਦੇ ਵਿੱਚ ਸਕਰੂਟਨੀ ਕਰਵਾ ਚੁੱਕੇ ਆ ਅਤੇ ਜਿਨ੍ਹਾਂ ਦਾ ਕੱਟ ਆਫ ਦੇ ਵਿੱਚ ਕੀ ਹੈ ਨਾਮ ਆਇਆ ਹੋਇਆ। ਸੋ ਉਹਨਾਂ ਦੇ ਮਨ ਦੇ ਵਿੱਚ ਕਾਫੀ ਸਾਰੇ ਡਾਊਟ ਨੇ ਕਿ ਉਹਨਾਂ ਦੀ ਜੁਆਇਨਿੰਗ ਜੋ ਹੈ ਉਹ ਕਦੋਂ ਤੱਕ ਹੋ ਜਾਏਗੀ, ਉਹਨਾਂ ਨੂੰ ਜੁਆਇਨਿੰਗ ਲੈਟਰ ਜੋ ਹੈ ਉਹ ਕਦੋਂ ਮਿਲ ਜਾਣਗੇ। ਸੋ ਜਿਨ੍ਹਾਂ ਦੀ DV ਹੋ ਚੁੱਕੀ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਕੁਸ਼ਚਨ ਉੱਠ ਰਿਹਾ। ਇਸ ਤੋਂ ਇਲਾਵਾ 2364 ਕੈਂਡੀਡੇਟ ਦੇ ਕਾਫੀ ਸਾਰੇ ਡਾਊਟ ਨੇ ਫੀਸ ਸਲਿੱਪ ਨੂੰ ਲੈ ਕੇ ਜਾਂ ਹੋਰ ਫੋਰਮ ਜੋ DV ਲਈ ਚਾਹੀਦੇ ਆ ਉਹਨਾਂ ਨੂੰ ਲੈ ਕੇ। ਸੋ ਉਹ ਸਾਰੇ ਡਾਊਟ ਵੀ ਇਸ ਵੀਡੀਓ ਦੇ ਵਿੱਚ ਤੁਹਾਡੇ ਕਵਰ ਕਰ ਦਿੱਤੇ ਜਾਣਗੇ। ਅਗਰ ਤੁਸੀਂ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਬੈੱਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ, ਔਰ ਹੋਰ ਜਾਣਕਾਰੀ ਲਈ ਟੈਲੀਗ੍ਰਾਮ ਚੈਨਲ ਨਾਲ ਜੁੜ ਸਕਦੇ ਹੋ ਜਿਸ ਦਾ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ। ਸੋ ਸ਼ੁਰੂ ਕਰਦੇ ਹਾਂ। ਬੇਸਿਕਲੀ ਜੋ ਤੁਹਾਡੀ ਕੱਟ ਆਫ ਹੈ ਇਹ ਦੁਬਾਰਾ ਆਈ ਹੈ, ਜਿਸ ਦੇ ਵਿੱਚ ਅਲੱਗ ਅਲੱਗ ਕੈਟਾਗਰੀ ਦੀ ਕੱਟ ਆਫ ਤੁਸੀਂ ਦੇਖ ਲੈਣੀ ਹੈ। BC ਦੇ 55 ਤੋਂ ਲੈ ਕੇ 60 ਨੰਬਰ ਵਾਲੇ ਕੈਂਡੀਡੇਟ ਬੁਲਾ ਲਏ ਗਏ ਆ, ਔਰ MB ਦੇ SC MB ਦੇ 27 ਤੋਂ ਲੈ ਕੇ 52 ਤੱਕ, RO ਦੇ 55 ਤੋਂ 60 ਤੱਕ, ਔਰ RO ਐਕਸ ਸਰਵਿਸਮੈਨ ਦੇ 33 ਤੋਂ 53 ਤੱਕ, ਔਰ ਬਾਕੀ ਆਪਣੀਆਂ ਆਪਣੀਆਂ ਕੈਟੇਗਰੀਜ਼ ਜੋ ਹੈ ਉਹ ਦੇਖ ਸਕਦੇ ਹੋ। ਓਪਨ ਵਾਲੇ ਜੋ ਆ 61 ਨੰਬਰ ਵਾਲੇ ਤੱਕ ਬੁਲਾ ਲਏ ਗਏ ਆ, ਠੀਕ ਹੈ। ਔਰ ਇਸ ਤੋਂ ਬਾਅਦ ਓਨਲੀ ਜਰਨਲ ਕੈਂਡੀਡੇਟ, ਠੀਕ ਹੈ, ਸਿਰਫ ਜਰਨਲ ਕੈਟਾਗਰੀ ਦੇ ਕੈਂਡੀਡੇਟ 58 ਤੋਂ ਲੈ ਕੇ 60 ਤੱਕ ਜੋ ਹੈ ਉਹ ਬੁਲਾਏ ਗਏ ਆ। ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਕੱਟ ਆਫ ਜੋ ਹੈ ਦੁਬਾਰਾ ਬੋਰਡ ਦੇ ਵੱਲੋਂ ਪਾਈ ਗਈ ਹੈ। ਸੋ ਇੱਥੋਂ ਤੁਸੀਂ ਇੱਕ ਡੇਟ ਮੈਨਸ਼ਨ ਕੀਤੀ ਹੋਏਗੀ, ਜੋ ਡੇਟ ਹੈ ਉਹ ਨੋਟ ਕੀਤੀ ਹੋਏਗੀ ਕਿ ਤੁਹਾਡੀ DV ਜੋ ਹੈ ਉਹ 21/6/2024 ਤੱਕ ਚੱਲੇਗੀ, ਠੀਕ ਹੈ। ਸੋ 21/6/2024 ਤੱਕ DV ਚੱਲੇਗੀ, ਲੇਕਿਨ ਇਸ ਤੋਂ ਬਾਅਦ ਨਾਲ ਦੀ ਨਾਲ ਤੁਹਾਨੂੰ ਆਫਰ ਲੈਟਰ ਨਹੀਂ ਮਿਲਣਗੇ। 21/6 ਤੋਂ ਬਾਅਦ ਜੋ ਇਹ DV ਲਿਸਟ ਦੇ ਵਿੱਚ ਜਿੰਨੀਆਂ ਵੀ ਕੈਟਾਗਰੀਜ਼ ਨੇ ਇਹਨਾਂ ਵਿੱਚ ਜੋ ਕੈਂਡੀਡੇਟ ਐਬਸੈਂਟ ਰਹੇ ਆ ਉਹ ਸਾਰੇ ਕੈਂਡੀਡੇਟ ਨੂੰ ਕੀ ਹੈ ਮੌਕਾ ਦਿੱਤਾ ਜਾਏਗਾ ਦੁਬਾਰਾ ਕਿ ਉਹ ਆਪਣੀ DV ਕਰਵਾ ਲੈਣ, ਠੀਕ ਹੈ। ਜਦੋਂ ਉਹ ਮੌਕੇ ਦੁਬਾਰਾ ਦੇਣ 'ਤੇ ਨਹੀਂ ਪਹੁੰਚਦੇ ਤਾਂ ਫਿਰ ਡਿਪਾਰਟਮੈਂਟ ਦੇ ਵੱਲੋਂ ਦੇਖਿਆ ਜਾਏਗਾ ਕਿ ਕਿਹੜੇ ਕੈਂਡੀਡੇਟ ਜੋ ਹੈ ਉਹ ਐਲੀਜੀਬਲ ਆ, ਠੀਕ ਹੈ। ਐਲੀਜੀਬਲ ਕੈਂਡੀਡੇਟ ਦੀ ਛਾਣਬੀਨ ਜੋ ਹੈ ਇਹ ਡਾਕੂਮੈਂਟ ਵੈਰੀਫਿਕੇਸ਼ਨ ਜੋ ਹੋ ਰਹੀ ਹੈ ਤੁਹਾਡੀ ਇੱਥੋਂ ਹੋ ਜਾਏਗੀ, ਔਰ ਉਹਨਾਂ ਦੀ ਲਿਸਟ ਵੀ ਜਾਰੀ ਕਰ ਸਕਦਾ ਡਿਪਾਰਟਮੈਂਟ ਜਾਂ ਤੁਹਾਡੀ ਜੋ ID ਹੈ, ਠੀਕ ਹੈ, ਰਜਿਸਟ੍ਰੇਸ਼ਨ ID ਹੈ, ਉੱਥੇ ਵੀ ਤੁਹਾਨੂੰ ਜੋ ਹੈ ਉਹ ਸ਼ੋ ਕੀਤੇ ਜਾ ਸਕਦੇ ਆ ਕਿ ਤੁਸੀਂ ਇਹ ਸਟੇਸ਼ਨ ਜੋ ਹੈ ਉਹ ਚੂਜ਼ ਕਰ ਲਓ, ਠੀਕ ਹੈ। ਸਟੇਸ਼ਨ ਚੂਜ਼ ਕਰਨ ਦੀ ਆਪਸ਼ਨ ਤੁਹਾਡੀ ID ਵਿੱਚ ਵੀ ਆ ਸਕਦੀ ਹੈ, ਔਰ ਜਾਂ ਡਿਪਾਰਟਮੈਂਟ ਸਿੱਧਾ ਵੀ ਦੇ ਸਕਦਾ। ਇਹ ਡਿਪਾਰਟਮੈਂਟ ਦੇ ਉੱਪਰ ਡਿਪੈਂਡਡ ਹੈ, ਕਿਉਂਕਿ 65 ਦੇ ਵਿੱਚ ਜੋ ਸਟੇਸ਼ਨ ਅਲੋਟ ਹੋਏ ਆ ਉਹ ਉਹਨਾਂ ਦੀ ID ਦੇ ਵਿੱਚ ਕੀਤੇ ਗਏ ਆ, ਠੀਕ ਹੈ। ਸੋ 2364 ਲਈ ਡਿਪਾਰਟਮੈਂਟ ਕੀ ਕਰਦਾ ਉਹ ਡਿਪਾਰਟਮੈਂਟ ਦੇ ਉੱਪਰ ਹੈ। ਇਸ ਤੋਂ ਇਲਾਵਾ ਕੁਝ ਕੈਂਡੀਡੇਟ ਦੇ ਮਨ ਦੇ ਵਿੱਚ ਕੁਸ਼ਚਨ ਉੱਠ ਰਿਹਾ ਹੈ, ਔਰ ਫਿਲਹਾਲ ਇਹ ਜ਼ਰੂਰੀ ਵੀ ਹੈ ਇਸ ਨੂੰ ਕਲੀਅਰ ਕਰਨਾ ਕਿ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਆ। ਫਿਲਹਾਲ ਤਾਂ ਮੇਰੇ ਵੱਲੋਂ ਪਹਿਲਾਂ ਵੀ ਇੱਕ ਵੀਡੀਓ ਜੋ ਹੈ ਉਹ ਬਣਾ ਦਿੱਤੀ ਗਈ ਸੀ ਇਸ ਦੇ ਉੱਪਰ ਕਿ ਪੜਤਾਲ ਫਾਰਮ ਲੱਗੇਗਾ ਸਭ ਤੋਂ ਪਹਿਲੇ, ਫਿਰ ਉਸ ਤੋਂ ਬਾਅਦ ਵਿੱਦਿਅਕ ਯੋਗਤਾ ਸੰਬੰਧੀ ਘੋਸ਼ਣਾ, ਔਰ ਕੁਝ ਕੈਂਡੀਡੇਟ ਪੁੱਛ ਰਹੇ ਸੀ ਕਿ ਇਹ ਲੱਗੇਗੀ ਜਾਂ ਨਹੀਂ। ਸੋ ਫਿਲਹਾਲ ਡਿਪਾਰਟਮੈਂਟ ਦੇ ਵੱਲੋਂ ਵੀ ਇਹ ਜੋ ਹੈ ਬੋਰਡ ਦੇ ਉੱਪਰ ਲਗਾ ਦਿੱਤਾ ਗਿਆ। ਉਸ ਤੋਂ ਬਾਅਦ ਅਪਲਾਈ ਕੀਤੀ ਅਸਾਮੀ ਦਾ ਰਜਿਸਟ੍ਰੇਸ਼ਨ ਫਾਰਮ, ਫੀਸ ਜਮ੍ਹਾਂ ਕਰਨ ਦਾ ਸਬੂਤ। ਮੇਨ ਇਸ ਦੇ ਉੱਪਰ ਡਾਊਟ ਆ ਰਿਹਾ ਕਿ ਸਾਡੇ ਕੋਲ ਜੋ ਹੈ ਉਹ ਫੀਸ ਸਲਿੱਪ ਨਹੀਂ ਹੈ।
ਸੋ ਬੇਸਿਕਲੀ ਡਿਪਾਰਟਮੈਂਟ ਦੇ ਵੱਲੋਂ ਵੀ ਮੈਂਸ਼ਨ ਕਰ ਦਿੱਤਾ ਗਿਆ ਹੈ ਚੌਥੇ ਨੰਬਰ 'ਤੇ ਕਿ ਤੁਸੀਂ ਫੀਸ ਜਮ੍ਹਾਂ ਕਰਨ ਵਾਲਾ ਸਬੂਤ ਉਹ ਲਗਾਉਣਾ ਹੀ ਲਗਾਉਣਾ। ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟ ਆ ਜਾਂਦੇ ਆ ਕੁਆਲੀਫਿਕੇਸ਼ਨ ਵਾਲੇ, ਠੀਕ ਹੈ, ਗ੍ਰੈਜੂਏਸ਼ਨ ਦੀ ਡੀ ਐੱਮ ਸੀ ਅਤੇ ਡਿਗਰੀ ਵੀ, ਔਰ ਕੈਟਾਗਰੀ ਸਰਟੀਫਿਕੇਟ, ਠੀਕ ਹੈ, ਪੰਜਾਬ ਰੈਜੀਡੈਂਸ ਦਾ ਸਰਟੀਫਿਕੇਟ, ਔਰ ਅਗਰ ਤੁਸੀਂ ਸਿੱਖਿਆ ਵਿਭਾਗ ਦੇ ਵਿੱਚ ਪਹਿਲਾਂ ਐਜ਼ ਆ ਵਲੰਟੀਅਰ ਸਿੱਖਿਆ ਪ੍ਰੋਵਾਈਡਰ ਕੰਮ ਕਰ ਚੁੱਕੇ ਹੋ ਤਾਂ ਤੁਹਾਡੇ ਤਜਰਬੇ ਸੰਬੰਧੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ। ਸੋ ਇਹ ਡਾਕੂਮੈਂਟ ਜੋ ਹੈ ਉਹ ਚਾਹੀਦੇ ਸੀ, ਇਹਨਾਂ ਨੂੰ ਇਸੇ ਹੀ ਸੀਕੁਐਂਸ ਦੇ ਵਿੱਚ ਲਗਾਉਣਾ, ਔਰ ਨਾਲ ਹੀ ਤੁਹਾਡੀਆਂ ਫੋਟੋਜ਼, ਠੀਕ ਹੈ, ਪਾਸਪੋਰਟ ਸਾਈਜ਼। ਔਰ ਇਸ ਤੋਂ ਇਲਾਵਾ ਕੈਂਡੀਡੇਟ ਦੇ ਮਨ ਦੇ ਵਿੱਚ ਇਹ ਵੀ ਕੁਐਸਚਨ ਹੈ ਕਿ ਕਿੰਨੇ ਕੈਂਡੀਡੇਟ ਜੋ ਹੈ ਉਹ ਆਖਿਰ ਡੀ ਵੀ ਕਰਵਾਏ ਆ। 2 ਦਿਨ ਹੋ ਗਏ ਡੀ ਵੀ ਹੁੰਦਿਆਂ ਨੂੰ, ਪਹਿਲੇ ਦਿਨ 12/6/2024 ਨੂੰ ਹੋਈ ਹੈ ਔਰ ਅੱਜ 13/6/2024 ਨੂੰ ਹੋਈ ਹੈ। ਸੋ ਪਹਿਲੇ ਦਿਨ ਕਿਹਾ ਜਾ ਰਿਹਾ ਕਿ 435 ਕੈਂਡੀਡੇਟ ਜੋ ਹੈ ਉਹਨਾਂ ਦੀ, ਇਸ ਦੇ ਉੱਪਰ ਵੀਡੀਓ ਮੈਂ ਬਣਾ ਚੁੱਕੀ ਹਾਂ ਕਿ 435 ਕੈਂਡੀਡੇਟ ਜੋ ਹੈ ਉਹਨਾਂ ਦੀ ਲਿਸਟ ਆਈ ਸੀ, ਔਰ ਅੱਜ ਟੋਟਲ ਮਿਲਾ ਕੇ ਲਗਭਗ 840 ਕੈਂਡੀਡੇਟ ਹੋ ਚੁੱਕੇ ਆ ਜਿਨ੍ਹਾਂ ਦੀ ਲਿਸਟ, ਡੀ ਵੀ ਲਿਸਟ ਬੋਰਡ ਦੇ ਵੱਲੋਂ ਲਗਾਈ ਗਈ ਹੈ। ਔਰ ਕਿਹਾ ਜਾ ਰਿਹਾ ਹੈ ਕਿ ਪਹਿਲੇ ਦਿਨ ਜੋ ਹੈ ਲਗਭਗ 100 ਦੇ ਆਸ ਪਾਸ ਕੈਂਡੀਡੇਟ ਡੀ ਵੀ ਕਰਵਾਉਣ ਗਏ ਸੀ, ਔਰ ਅੱਜ ਜੋ ਹੈ ਉਹ 150 ਤੋਂ 200 ਕੈਂਡੀਡੇਟ ਜੋ ਹੈ ਉਹ ਡੀ ਵੀ ਕਰਵਾਉਣ ਗਏ ਆ। ਸੋ ਟੋਟਲ ਤੁਸੀਂ ਮੰਨ ਸਕਦੇ ਹੋ ਕਿ 300 ਕੈਂਡੀਡੇਟ ਜੋ ਹੈ 840 ਵਿੱਚੋਂ ਡੀ ਵੀ ਕਰਵਾਉਣ ਗਏ ਆ। ਜੋ ਬਾਕੀ ਐਬਸੈਂਟ ਕੈਂਡੀਡੇਟ ਹੈ ਉਹਨਾਂ ਨੂੰ ਫਿਰ ਮੌਕਾ ਮਿਲੇਗਾ। ਮੌਕਾ ਕਦੋਂ ਮਿਲੇਗਾ? 21/6/2024 ਤੋਂ ਬਾਅਦ ਡਿਪਾਰਟਮੈਂਟ ਦੇ ਵੱਲੋਂ ਇੱਕ ਲਿਸਟ ਪਾਈ ਜਾਏਗੀ, ਇੱਕ ਬਕਾਇਦਾ ਨੋਟਿਸ ਕੱਢਿਆ ਜਾਏਗਾ ਤਾਂ ਕਿ ਡਿਪਾਰਟਮੈਂਟ ਨੂੰ ਉਹ ਚੈਲੇਂਜ ਨਾ ਕਰ ਸਕਣ ਐਬਸੈਂਟ ਕੈਂਡੀਡੇਟ ਕਿ ਸਾਨੂੰ ਮੌਕਾ ਨਹੀਂ ਦਿੱਤਾ ਗਿਆ, ਠੀਕ ਹੈ। ਸੋ ਇਸ ਤੋਂ ਬਾਅਦ ਹੀ ਤੁਹਾਡਾ ਜੋ ਹੈ ਬਾਕੀ ਦਾ ਪ੍ਰੋਸੈਸ ਚੱਲੇਗਾ, ਇਹ ਇੱਕ ਸੀਕੁਐਂਸ ਜੋ ਹੈ ਉਹ ਡਿਪਾਰਟਮੈਂਟ ਫੋਲੋ ਕਰੇਗਾ। ਸੋ ਬਾਕੀ ਕੱਟ ਆਫ ਨੂੰ ਲੈ ਕੇ ਜੋ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਕੱਟ ਆਫ ਕਿੰਨੀ ਜਾਏਗੀ, ਫਿਲਹਾਲ ਮੈਂ ਇਹ ਤੁਹਾਨੂੰ ਦੱਸ ਦਿੰਦਾ ਕਿ ਕੱਟ ਆਫ ਡਾਊਨ ਹੋਰ ਜਾਏਗੀ, ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ 840 ਦੇ ਵਿੱਚੋਂ ਸਿਰਫ 300 ਕੈਂਡੀਡੇਟ ਡੀ ਵੀ ਕਰਵਾਉਣ ਜਾ ਰਹੇ ਆ। ਸੋ ਇੱਥੋਂ ਆਈਡੀਆ ਲਗਾ ਸਕਦੇ ਹੋ ਕਿ ਕੱਟ ਆਫ ਜੋ ਹੈ ਉਹ ਡਾਊਨ ਜਾਏਗੀ। ਕਿੰਨੀ ਜਾਏਗੀ ਇਸ ਦੇ ਉੱਪਰ ਮੈਂ ਅਜੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਪੂਰਾ ਡਾਟਾ ਨਹੀਂ ਆਇਆ। ਜਦੋਂ ਤੱਕ ਪੂਰਾ ਡਾਟਾ ਨਹੀਂ ਆਏਗਾ ਮੇਰੇ ਵੱਲੋਂ ਪ੍ਰੋਪਰ ਇਸ ਦੇ ਉੱਪਰ ਨਹੀਂ ਦੱਸਿਆ ਜਾ ਸਕਦਾ ਕਿ ਕਿੰਨੇ ਮਾਰਕਸ ਵਾਲਾ ਸੇਫ ਹੈ, ਠੀਕ ਹੈ। ਪ੍ਰੋਪਰ ਡਾਟਾ ਆਉਣ ਤੋਂ ਬਾਅਦ ਪੂਰੇ ਡਾਟੇ ਦਾ ਜੋ ਹੈ ਦੇਖਿਆ ਜਾਏਗਾ ਕਿ ਕਿਹੜੀ ਕੈਟਾਗਰੀ ਦੇ ਵਿੱਚ ਕਿੰਨੇ ਕੈਂਡੀਡੇਟ, ਜਨਰਲ ਕੈਟਾਗਰੀ ਵਿੱਚ ਕਿੰਨੇ ਕੈਂਡੀਡੇਟ ਡੀ ਵੀ ਕਰਵਾ ਕੇ ਆਏ ਆ, ਬੀ ਸੀ ਵਿੱਚ ਕਿੰਨੇ ਕਰਵਾ ਕੇ ਆਏ ਆ, ਐੱਸ ਸੀ ਵਿੱਚ ਕਿੰਨੇ ਕਰਵਾ ਕੇ ਆਏ ਆ, ਬਾਕੀ ਹੋਰ ਕੈਟਾਗਰੀਜ਼ ਦੇ ਵਿੱਚ ਕਿੰਨੇ ਕੈਂਡੀਡੇਟ ਡੀ ਵੀ ਕਰਵਾ ਕੇ ਆਏ ਆ, ਫਿਰ ਆਈਡੀਆ ਲੱਗਦਾ ਕਿ ਕੱਟ ਆਫ ਜੋ ਹੈ ਉਹ ਕਿੰਨੀ ਜਾਏਗੀ ਪੋਸਟਾਂ ਦੇ ਹਿਸਾਬ 'ਤੇ, ਠੀਕ ਹੈ। ਐਵੇਂ ਹੀ ਵੀਡੀਓ ਬਣਾ ਕੇ ਤੁਹਾਨੂੰ ਦੱਸਦੇ ਹਾਂ, ਝੂਠੀ ਤਸੱਲੀ ਦਿਆਂ, ਹੁਣ ਦਾ ਕੋਈ ਫਾਇਦਾ ਨਹੀਂ ਹੁੰਦਾ, ਠੀਕ ਹੈ। ਇੱਕ ਵਾਰੀ ਮਨ ਨੂੰ ਤੁਹਾਡੇ ਦਿਲਾਸਾ ਮਿਲ ਜਾਏਗਾ ਪਰ ਉਸ ਤੋਂ ਬਾਅਦ ਕੀ ਹੈ, ਜਦੋਂ ਤੁਸੀਂ ਇਸ ਵੀਡੀਓ ਨੂੰ ਦੁਬਾਰਾ ਦੇਖੋਗੇ ਤਾਂ ਤੁਸੀਂ ਮੇਰੇ ਉੱਤੇ ਹੀ ਆਰੋਪ ਲਗਾਓਗੇ ਕਿ ਤੁਸੀਂ ਝੂਠ ਦੱਸਿਆ ਸੀ। ਸੋ ਵਿਸ਼ਵਾਸ ਜੋ ਹੈ ਉਹ ਬਣਾਇਆ ਹੀ ਬਣਦਾ, ਇਸ ਲਈ ਮੈਂ ਕੱਟ ਆਫ ਉੱਪਰ ਕੋਈ ਤੁਹਾਨੂੰ ਟਿੱਪਣੀ ਨਹੀਂ ਕਰ ਰਿਹਾ, ਸਿਰਫ ਇਹ ਦੱਸ ਰਿਹਾ ਕਿ ਜੋ ਦੁਬਾਰਾ ਡਿਪਾਰਟਮੈਂਟ ਦੇ ਵੱਲੋਂ ਸਕਰੂਟਨੀ ਲਈ ਸੱਦੇ ਜਾਣਗੇ ਉਹ ਇਸ ਤੋਂ ਹੋਰ ਡਾਊਨ ਜਾਏਗੀ, ਠੀਕ ਹੈ। ਇਹ ਕੱਟ ਆਫ ਜੋ ਕਾਊਂਸਲਿੰਗ ਲਈ ਹੋਏਗੀ ਉਹ ਡਾਊਨ ਜ਼ਰੂਰ ਜਾਏਗੀ, ਕਿਉਂਕਿ ਜੇਕਰ ਇੱਥੋਂ ਆਈਡੀਆ ਲੱਗ ਹੀ ਸਕਦਾ ਕਿ 840 ਵਿੱਚੋਂ ਸਿਰਫ 300 ਕੈਂਡੀਡੇਟ ਡੀ ਵੀ ਕਰਵਾ ਕੇ ਆਏ ਆ ਤਾਂ ਆਟੋਮੈਟਿਕਲੀ ਜੋ ਹੈ ਹੋਰ ਡੀ ਵੀ ਲਈ ਸੱਦੇ ਜਾਣਗੇ। ਲੇਕਿਨ ਡੀ ਵੀ ਕਰਵਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਿਲੈਕਸ਼ਨ ਲਿਸਟ ਦੇ ਵਿੱਚ ਐਲੀਜੀਬਲ ਹੋਗੇ। ਐਲੀਜੀਬਲ ਉਹੀ ਹੋਣਗੇ ਜਿੰਨੀਆਂ ਪੋਸਟਾਂ ਨੇ, ਠੀਕ ਹੈ। 2364 ਕੈਂਡੀਡੇਟ ਹੀ ਸਿਰਫ ਸਕੂਲ ਦੇ ਵਿੱਚ ਜੁਆਇਨ ਕਰਨਗੇ, ਅਤੇ ਨਾ ਹੀ 2365 ਕਰ ਸਕਦੇ, ਨਾ ਹੀ 2400 ਕਰ ਸਕਦੇ, ਠੀਕ ਹੈ। ਡੀ ਵੀ ਹਮੇਸ਼ਾ ਹੀ ਡਾਕੂਮੈਂਟ ਵੈਰੀਫਿਕੇਸ਼ਨ ਹਮੇਸ਼ਾ ਹੀ ਵੱਧ ਕੈਂਡੀਡੇਟ ਦੀ ਹੁੰਦੀ ਹੈ। ਸੋ ਇਹ ਤੁਸੀਂ ਸਮਝਣ ਵਾਲੀਆਂ ਗੱਲਾਂ ਨੇ। ਸੋ ਇਸ ਤੋਂ ਬਾਅਦ
ਜੋ ਤੁਹਾਡਾ ਪੁਆਇੰਟ ਸੀ ਕਿ ਕਦੋਂ ਤੱਕ ਜੁਆਇਨ ਕਰਾਂਗੇ, ਉਹ ਮੈਂ ਤੁਹਾਨੂੰ ਦੱਸਤਾ ਕਿ ਦੁਬਾਰਾ ਇੱਕ ਵਾਰੀ ਐਬਸੈਂਟ ਕੈਂਡੀਡੇਟ ਨੂੰ ਮੌਕਾ ਦਿੱਤਾ ਜਾਏਗਾ, ਉਸ ਤੋਂ ਬਾਅਦ ਭਰਤੀ ਬੋਰਡ ਦਾ ਅੱਗੇ ਦਾ ਪ੍ਰੋਸੈਸ ਸ਼ੁਰੂ ਹੁੰਦਾ। ਉਹ ਆਈਡੀ ਤੁਹਾਡੀ ਵਿੱਚ ਆਏ ਜਾਂ ਡਿਪਾਰਟਮੈਂਟ ਦੇ ਵੱਲੋਂ ਆਫੀਸ਼ੀਅਲ ਲੈਟਰ ਆਏ, ਉਹ ਡਿਪਾਰਟਮੈਂਟ ਦੇ ਉੱਪਰ ਹੈ, ਠੀਕ ਹੈ। ਸੋ ਅਗਰ ਨੌਲੇਜ ਜੋ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ, ਔਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ। ਇਸ ਤੋਂ ਇਲਾਵਾ ਜੋ ਵੀ ਹੋਰ 2364 ਰਿਗਾਰਡਿੰਗ ਬਾਕੀ ਜੋ ਸਕਰੂਟਨੀ ਹੋਏਗੀ 14 ਦੀ 15 ਦੀ 18 ਦੀ 19 ਦੀ 20 ਦੀ 21 ਦੀ, ਇਸ ਦੀਆਂ ਲਿਸਟਾਂ ਵੀ ਤੁਹਾਨੂੰ ਇਸੇ ਚੈਨਲ 'ਤੇ ਦੇਖਣ ਨੂੰ ਮਿਲਣਗੀਆਂ। ਔਰ ਬਾਕੀ ਹੋਰ ਵੀ 2364 ਰਿਗਾਰਡਿੰਗ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਇਸੇ ਚੈਨਲ 'ਤੇ ਸਾਂਝੀ ਕੀਤੀ ਜਾਏਗੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ। ਥੈਂਕ ਯੂ ਸੋ ਮੱਚ।